ਅਸਲਾਮ ਵਾਲੇਕੁਮ ਜੀ ਸਮੀਓ ਦੋਸਤੋ, ਉਮੀਦ ਕਰਦੇ ਹਾਂ ਜਨਾਬ ਸਾਰੇ ਠੀਕ ਠਾਕ ਹੋ, ਸੋ ਬਾਲੋ ਸੋ ਖੈਰੀ ਨਾਲ ਹੋ। ਜਨਾਬ ਟੂਰ ਆ ਪਿੰਡੀਦਾਰ, ਅਗਲਾ ਵਲੌਗ ਜਨਾਬ ਜਿਹੜਾ ਨਾ ਉਹ ਬਾਦੀ ਪੰਡ ਸੀ ਪਿੰਡੀ ਲਾ, ਲੇਕਿਨ ਫਿਲਹਾਲ ਜਨਾਬ ਕੱਲਰ ਸਾਇਦਾਂ ਤੋਂ ਦਾਂਗਲੀ ਰੋਡ। ਮੁੰਨੂ ਜੱਟ ਸਾਹਿਬ ਸਾਡੇ ਨਾਲ। ਮੁੰਨੂ ਜੱਟ ਸਾਹਿਬ, ਰੋਡ ਨਾਲ ਕੰਮ ਕੈਸਾ ਹੋਣਾ ਪਿਆ? ਜ਼ਬਰਦਸਤ ਹੋਈ ਰਿਹਾ। ਜ਼ਬੈਰ ਕਿਆਨੀ ਸਾਹਿਬ ਨਾਲ ਜਨਾਬ, ਚਾਚਾ ਲਿਆ ਸਾਹਿਬ, ਅਸਲਾਮ ਅਲੈਕੁਮ। ਇਹ ਆ ਜਨਾਬ ਪਿੰਡੀ ਟੂਰ ਆ, ਸਾਡੇ ਜਿਹੜੇ ਕਹਿੰਦੇ ਅਮੀਰ, ਸਾਡੇ ਅੱਜ ਨੇ ਲੀਡਰ ਅਮੀਰ ਹੋਣਾ ਜੀ, ਅਮੀਰ ਸਾਹਿਬ ਜਨਾਬ ਅੱਗੇ ਹੋਣ, ਅਮੀਰ ਸਫ਼ਰ ਜਿਹੜੇ ਵੀ ਹੋਣ ਅੱਗੇ ਜਨਾਬ ਪਧਾਰ ਸੋਣ ਸਾਡੇ ਨਾਲ। ਉਹ ਵੀ ਤੁਹਾਨੂੰ ਦੱਸਾਂ ਨਾਲ ਤੁਹਾਨੂੰ ਜਨਾਬ ਕੱਲਰ ਸਾਇਦਾਂ ਨੇ ਦੰਦਗਲੀ ਰੋਡ ਆ, ਉਸਮਾਂ ਵਿਊ ਵੀ ਤੁਸੀਂ ਦੱਸਾਂ। ਜ਼ਬੈਰ ਕਿਆਨੀ ਸਾਹਿਬ ਜਨਾਬ ਡਰਾਈਵ ਕਰਨੇ ਪਏ ਤੁਹਾਨੂੰ ਅੱਗੇ, ਜਨਾਬ ਰਾਜਾ ਰੁਖਸਾਰ ਸਾਹਿਬ ਅਸ਼ਨੇ ਲੇਵੇ, ਬਾਕੀ ਜਨਾਬ ਨਾਲੋ ਨਾਲ ਤੁਸਾਂ ਕੀ ਅੱਜ ਨਹੀਂ ਜਰਨੀ ਦੱਸਣੇ ਆ। ਇਹ ਜਨਾਬ ਰਾਜਾ ਰੁਖਸਾਰ ਸਾਹਿਬ ਆ ਗਏ ਜੀ, ਡਰਾਈਵਿੰਗ ਸੀਟ ਪੇ ਪਹੁੰਚਾਏ ਰਾਜਾ ਰੁਖਸਾਰ ਸਾਹਿਬ ਜਨਾਬ ਡਰਾਈਵਿੰਗ ਸੀਟ ਉੱਪਰ ਆ ਗਏ ਤੇ ਇਹ ਜਾ ਰਹੇ ਨੇ ਜੀ। ਹੁਣ ਤੁਸਾਂ ਕਿ ਜਨਾਬ ਅੱਜ ਨਹੀਂ ਜਰਨੀ ਕੱਲਰ ਸਾਇਦਾਂ ਰੋਡ ਨੀ ਦੱਸੀ ਜਾਸੀ, ਔਰ ਜਨਾਬ ਅੱਜ ਨਾਲ ਸਪੈਸ਼ਲ ਟੂਰ ਵੀ ਆ, ਉਹ ਬਾਅਦ ਨਾਲ ਅਲੱਗ ਵਿਲਾਗ ਬਣ ਸੀ ਉਹ ਸਾਂ ਕੀ ਦੱਸਿਆ ਜਾ ਸੀ ਨਾਲੋ ਨਾਲ। ਇਹ ਜਨਾਬ ਚਿੱਤਰਪੜੀਆਂ ਨਾ ਮੁਕਾਮ, ਰੋਡਾਂ ਦੀ ਹਾਲਤ ਹਾਲੇ ਜੀ ਸਟੀਲ ਉਠਾਈ ਹੈ, ਹਾਲੇ ਜੀ ਕੋਈ ਖਾਤਰ ਖਾਤ ਚੇਂਜਿੰਗ ਨਹੀਂ ਹੋਈ, ਕਿਉਂਕਿ ਇਹਨਾਂ ਤਕਰੀਬਨ ਆਲਮੋਸਟ ਆਪਣਾ ਕੰਮ ਕੰਪਲੀਟ ਕੀਤਾ ਵਾ। ਅੱਗੇ ਹੱਥਾਂ 'ਚ ਤੁਸਾਂ ਕੀ ਦੇਸੀ ਪੁਲੀ ਜਨਾਬ, ਉਸਨੂੰ ਕੰਮ ਸਟਾਰਟ ਆ, ਅਤੇ ਬਾਕੀ ਨੰਬੈਲੀ ਜਹਾਜ਼ ਜਿਹੜੀ ਹੈ ਨਾਪ ਕਸੀ ਆ, ਉੱਥੇ ਵੀ ਪੁਲੀਆਂ ਤਕਰੀਬਨ ਆਲਮੋਸਟ ਜਿਹੜੀ ਬਾਉਂਡਰੀ ਵਾਲ ਹੀ ਉਹ ਤਕਰੀਬਨ ਕੰਪਲੀਟ ਕਰੀ ਹੋਣੀ ਵੀ ਨੇ, ਨਾਲ ਉਸਨੇ ਪੁਲੀ ਨਾਲ ਕੰਮ ਹਾਲੇ ਸਟਾਰਟ ਨਹੀਂ ਹੋਇਆ, ਜਿੱਥੇ ਜੀ ਹੋਇਆ ਸਾ ਉੱਥੇ ਜੀ ਆ। ਚੰਗੀਆਂ ਦੋਸਤਾਂ ਦੀ ਕਾਫੀ ਰਿਕੁਐਸਟ ਸੀ ਜੀ ਕਿ ਅਸਾਂ ਕਿ ਵੀਡੀਓ ਤਾਂ ਬਣਾਈ ਤਾਂ ਦੱਸੋ ਜਨਾਬ ਯੂਟਿਊਬ ਉੱਪਰ ਵੀ, ਅਤੇ ਨਾਲ ਜਨਾਬ ਫੇਸਬੁੱਕ ਉੱਪਰ ਵੀ ਅਪਡੇਟਸ ਦਿਓ। ਫਿਲਹਾਲ ਮੈਂ ਚਲੋ ਜਿਹੜੀਆਂ ਅਪਡੇਟਸ ਸਹੀ ਹੀ ਉਸ ਕਿ ਨਾਲੋ ਨਾਲ ਦੇਣੇ ਆ। ਇਹ ਜਨਾਬ ਫਿਲਹਾਲ ਉੱਥੇ ਹੀ ਆ, ਕੰਮ ਅੜਕਿਆ ਵਾ। ਇਹ ਜਨਾਬ ਇਸ ਟਾਈਮ ਨੰਬਲ ਕਸੀ ਪੂਰੀ ਨਾਲ ਕੰਮ ਤਰੱਕੀ ਸਕਦੇ ਹੋ, ਦੁਬਾਰਾ ਜੁਮੇ ਦਾ ਦਿਹਾੜਾ ਇਹਨਾਂ ਛੁੱਟੀ ਕੀਤੀ ਹੋਣੀ, ਲੇਕਿਨ ਅੱਜ ਤਾਂ ਲਗੇ ਵੇ ਇਸ ਠੇਕੇਦਾਰਾਂ ਨੇ ਕਿ ਬੜੀ ਗੱਲ ਹੀ ਜਨਾਬ ਕਿ ਕੰਮੇ ਕੀ ਡਿਲੇ ਨਹੀਂ ਹੋਣ ਦੇਣਾ ਪਿਆ, ਮਾਸ਼ਾਅੱਲਾ ਜ਼ਬਰਦਸਤ ਤਰੀਕੇ ਨਾਲ ਕੰਮ ਕਾਜ ਕਰਨਾ ਪਿਆ, ਸੋਹਣੇ ਤਰੀਕੇ ਨਾਲ ਕੰਮ ਜਾਰੀ ਕੀਤਾ ਸਾ। ਹੁਣ ਜਨਾਬ ਲੰਬੇ ਲਈ ਕਸੀ ਵੀ ਸੋ ਤੱਕੀ ਸਕਦੇ ਹੋ, ਕਿਤਨਾ ਬਿਹਤਰੀਨ ਖੁੱਲ੍ਹਾ ਰੋਡ ਕਰੀ ਉੜਿਆ ਨੇ, ਸੋਹਣੀਆਂ ਜਾਂ ਬਣੀ ਗਈਆਂ ਜਨਾਬ ਅੱਗੇ ਪਿੱਛੇ। ਇਹ ਤੁਸਾਂ ਨੇ ਕੱਬੇ ਸਾਹਿਬ ਜਨਾਬ ਦੀਵਾਰ ਤਕਰੀਬਨ ਆਲਮੋਸਟ ਕੰਪਲੀਟ ਹੋਈ ਗਈ, ਇਹਨਾਂ ਨਾਲ ਭਰਾਈ ਕਰੀ ਉੜੀ, ਰੋਡਾਂ ਨਾਲ ਸਿਸਟਮ ਇਹਨਾਂ ਗੈਸ ਕਰੀ ਉੜਿਆ ਵਾ, ਬਾਕੀ ਸਿਰਫ ਇਹ ਇੱਕ ਪੀਸ ਰਹੀ ਗਿਆ ਲੰਬੇ ਲਈ ਚੜ੍ਹਾਈ ਦਾ, ਉਹ ਵੀ ਹੁਣ ਜਨਾਬ ਕੰਮ ਸਟਾਰਟ ਹੋ ਸੀ, ਬਾਕੀ ਨੰਬਰ ਲਿਖ ਕੇ ਸੀ ਉੱਪਰ ਵੀ ਨਾਲ ਏਰੀਆ ਸਾਫ ਆ, ਉੱਥੇ ਕੰਮੇ ਛਿੱਕੀ ਉੜਿਆ ਵਾ, ਬਾਕੀ ਹੁਣ ਤੱਕਣੇ ਇਹ ਪੂਲੀ ਰਹੀ ਗਈ, ਇਸ ਨਾਲ ਕੰਮ ਹੁਣ ਪਤਾ ਨਹੀਂ ਕਦੋਂ ਸਟਾਰਟ ਕਰ ਸਾਂ, ਉਹ ਵੀ ਜਿਸ ਤਰ੍ਹਾਂ ਸ਼ੁਰੂ ਹੋਇਆ ਇਨਸ਼ਾਅੱਲਾ ਤੁਸੀਂ ਦੱਸਾਂ। ਫਿਲਹਾਲ ਮੁਲਾਕਾਤ ਵਾਲੇ ਪਾਸੇ ਜਨਾਬ ਦੋ ਪੁਲ ਜਿਹੜੀਆਂ ਬਾਉਂਡਰੀ ਵਾਲ ਸੀ ਉਹਨਾਂ ਨਾਲ ਕੰਮ ਉਹਨਾਂ ਸਟਾਰਟ ਕੀਤਾ ਵਾ, ਦੂਈ ਕੰਪਲੀਟ ਹੋਈ ਗਈ ਅਤੇ ਦੂਈ ਨਾਲ ਕੰਮ ਜਾਰੀ ਆ, ਬਾਕੀ ਇਨਸ਼ਾਅੱਲਾ ਨਾਲੋਂ ਨਾਲ ਸੋ ਕੇ ਅੱਜ ਨਹੀਂ ਜਲਦੀ ਦੱਸਦੇ ਹਾਂ ਕਲਰ ਕਰਕੇ ਉੱਥੇ ਜੀ ਕਿਆ ਪ੍ਰੋਗਰੈਸ ਸੀ। ਉਸ ਅਗਲੀ ਸਾਈਡ ਉੱਪਰ ਸਾਰਾ ਆਉਣਾ ਜਾਣਾ ਘੱਟ ਹੀ ਆਉਣਾ, ਇਸ ਸਾਈਡ ਉੱਪਰ ਤੁਸੀਂ ਆਉਣਾ ਦੱਸ ਦੇਣੇ ਆ। ਇਹ ਜਨਾਬ ਸਰ ਸੁਬਾ ਸ਼ਾਨਾ ਬਾਜ਼ਾਰ, ਸਾਰਿਆਂ ਡਰਾਈਵਰਾਂ ਕੀ ਮਿਹਰਬਾਨੀ ਹੋ ਸੀ, ਨਹੀਂ ਸਰ ਵੱਡਾ ਗੁਜ਼ਰਨੇ ਹੋਣੇ ਉਹਨਾਂ ਦੇ ਗੱਡੀਆਂ ਪੱਲਾ ਨੇ ਬੰਦੇ ਹੋਏ, ਹਰ ਬੰਦੇ ਖਾਸ ਕਰਕੇ ਚੱਲੇ ਨੇ, ਅਤੇ ਜਿਹੜੇ ਇੱਧਰ ਜਾਣੇ ਹੋਣੇ ਉਹਨਾਂ ਕੀ ਬੜੀ ਪ੍ਰੋਬਲਮ ਹੋਣੀ, ਮਿਹਰਬਾਨੀ ਕਰਿਆ ਕਰੋ ਥੋੜ੍ਹਾ ਜਿਹਾ ਕੰਟਰੋਲ ਕਰਿਆ ਕਰੋ, ਗੱਡੀਆਂ ਆਸਤਾ ਟੋਰਿਆ ਕਰੋ, ਹਰ ਥੋੜ੍ਹਾ ਜਿਹਾ ਆਵਾਮ ਦਾ ਖਿਆਲ ਕਰ ਸੋ। ਇਹ ਤਾਂ ਕੋਈ ਜਨਾਬ ਬਾਜ਼ਾਰ ਤਕਰੀਬਨ ਸਾਰੀ ਖਦਾਈ ਹੋਈ ਗਈ ਨੇ ਜੀ, ਰੀਫਿਲਿੰਗ ਸਾਰੀ ਤਕਰੀਬਨ ਕੰਪਲੀਟ ਹੋਈ ਗਈ, ਬੜਾ ਕੰਮ ਜਿਹੜਾ ਨਹੀਂ ਸਹਿਲਾ ਹੈ ਉਹ ਕੋਲੇ ਕੋਲੇ ਵਿੱਚ ਆ, ਖਾਲੀ ਕੂੜਾ ਨਹੀਂ ਵਜਾ ਸੋ, ਲੋਕ ਬਿਮਾਰ ਹੋਣੇ ਖੁਸ਼ਕੀ ਹੈ, ਅਤੇ ਮਿਹਰਬਾਨੀ ਕਰਿਆ ਕਰੋ ਇਤਿਹਾਤ ਕਰਿਆ ਕਰੋ ਸਾਰੇ ਡਰਾਈਵਰ ਹਜ਼ਰਾਤ ਜਿਤਨੇ ਵੀ ਥੇ ਹੋ, ਕਿ ਕਮ ਸੇ ਕਮ ਗੱਡੀਆਂ ਥੋੜ੍ਹੀਆਂ ਸਲੋ। ਇਹ ਜਨਾਬ ਸਰ ਸੁਭਾ ਸ਼ਾਹ ਬਾਜ਼ਾਰ, ਇੱਥੇ ਤੱਕ ਹੋਈ ਸਕਦੇ ਹੋ ਇਸ ਟਾਈਮ ਤੱਕ ਤਕਰੀਬਨ ਰੀਫਿਲਿੰਗ ਦਾ ਅਮਲ ਕੰਪਲੀਟ ਹੋਈ ਗਿਆ। ਇਹ ਅੱਗੇ ਜਨਾਬ ਉੱਥੋਂ ਤੱਕੀ ਸਕਦੇ ਹੋ ਪਾਣੀਆਂ ਨੇ ਹਾਲਾਤ, ਇਹ ਪਾਣੀ ਇਸ ਪਾਣੀ ਹੈ, ਪਹਿਲੇ ਵੀ ਜਿਹੜਾ ਨਾ ਜਨਾਬ ਇੱਥੇ ਨੇ ਕੰਮ ਖਰਾਬ ਕੀਤਾ ਸਾ ਰੋਡਾਂ ਨਾਲ, ਹੁਣ ਫਿਰ ਪਾਣੀ ਆ ਇੱਥੇ, ਬਾਕੀ ਹੋਰ ਕੁਝ ਵੀ ਨਹੀਂ, ਬਾਕੀ ਹੁਣ ਤੱਕਣੇ ਆ ਕਿ ਕਦੋਂ ਤੱਕ ਇਹ ਰੋਡ ਕੰਸਟਰਕਸ਼ਨ ਜਿਹੜੀ ਹੈ ਨਾ ਉਹ ਮੁੜੀ ਤਾਂ ਫਿਰ ਇੱਥੇ ਜਾਰੀ ਹੋਣੀ, ਖਾਸ ਕਰ ਨਾਲੀਆਂ ਨਹੀਂ, ਜਿਸ ਤਰ੍ਹਾਂ ਨਾਲੀਆਂ ਦਾ ਕੰਮ ਜਾਰੀ ਹੋਈ ਗਿਆ ਫਿਰ ਚਲੋ ਇਨਸ਼ਾਅੱਲਾ ਸੋਲੋ ਤੋਂ ਜਾਂ ਸੀ, ਲੇਕਿਨ ਵਕਤੀ ਤੌਰ ਪਰ ਜਨਾਬ ਇਹ ਪਾਣੀ ਸਾਰਾ ਜਿਹੜਾ ਨਾ ਫਿਰ ਰੋਡਾਂ ਪ੍ਰਸ਼ਨਾ ਪਿਆ, ਇਹ ਕਾਫੀ ਪਰੇਸ਼ਾਨੀ ਨਾ ਪੈਸ ਬਣਾ ਜੀ ਜਨਾਬ। ਇਸ ਟਾਈਮ ਅਸਾਂ ਪਟੇਲੀ ਕਸੀ
ਕਰਨਾ ਇਸ ਬਾਰੇ ਮਿਹਰਬਾਨੀ ਕਰੀ ਥੋੜ੍ਹੀ ਅਹਿਤਿਆਤ ਕਰਿਆ ਕਰੋ ਸਪੀਡ ਘੱਟ ਮਾਰਿਆ ਕਰੋ ਪਿੱਛਾ ਅੱਗੇ ਪਿੱਛਾ ਤੱਕਿਆ ਕਰੋ ਮੋਟਰਸਾਈਕਲਾਂ ਲੈ ਜਾਣੇ ਇਸਨੇ ਜਾਣੇ ਉਹਨਾਂ ਕੀ ਤਕਲੀਫ ਹੋਣੀ ਇਸ ਧੂੜਾ ਵੀ ਜੋ ਕਿਸ ਤਰ੍ਹਾਂ ਵਿਚਾਰੇ ਦਾ ਨਾ ਮੋਟਰਸਾਈਕਲ ਟੋਰਸੋਂਗੇ ਤਾਂ ਕੋਈ ਜਾਣਾ ਗਿਆ ਇਸਨਾ ਮੋਟਰਸਾਈਕਲ ਵਾਲਾ ਉਹ ਇਸਨੇ ਕਿਹਾ ਜੇ ਤੂੜੀ ਤੂੜੀ ਇਸ ਮਾਰੇ ਅਹਿਤਿਆਤ ਜ਼ਰੂਰੀ ਹੈ ਅਹਿਤਿਆਤ ਆ ਜਨਾਬ ਲਾਸਟ ਪੁਆਇੰਟ ਨੇ ਜਿਹੜਾ ਸ਼ਹਾਕੀ ਦਾ ਕੱਲਰ ਸਾਈਡ ਲਾ ਟੂਆ ਠੇਕੇਦਾਰ ਲਾ ਵਾਲਾ ਸ਼ਹਾਕੀ ਦੀ ਸਾਈਡ ਕੰਮ ਕਰਨਾ ਸਾ ਪਿਆ ਉਸ ਆਪਣਾ ਕੰਮ ਇੱਥੇ ਜੀ ਖਟਾਈ ਸ਼ਾਈ ਕਰੀ ਤੇ ਮੁੰਡੀ ਜਨਾਬ ਰੀਫਿਲਿੰਗ ਕਰੀ ਹੋਣੀ ਸੀ ਬਾਕੀ ਹੁਣ ਜਨਾਬ ਜੀ ਤੋਂ ਅੱਗੇ ਕਲਰ ਵਾਲਾ ਸੀ ਉਸਾਂ ਕੀ ਦੱਸਾਂ ਚਲੋ ਜੀ ਚਾਚਾ ਕੋਈ ਪਤਾ ਨਹੀਂ ਕਿਆ ਹੋਇਆ ਜੀ ਜਨਾਬ ਹੁਣ ਅਗਲਾ ਜਿਹੜਾ ਕੰਮ ਆ ਕਲਰ ਵਾਲੇ ਠੇਕੇਦਾਰਾਂ ਨੇ ਉਸਾਂ ਕੀ ਦੱਸਣੇ ਆ ਸਰਕਾਰ ਫਿਲਹਾਲ ਉੱਥੇ ਹੀ ਬੈਂਕ ਚੌਕ ਸੁਗਿਆ ਜਾਣਾ ਕੋ ਨਹੀਂ ਗਿਆ ਫਿਲਹਾਲ ਬੈਂਕ ਚੌਕ ਹੈ ਜਿਸ ਜੀ ਪਿਛਲੇ ਹਫ਼ਤੇ ਜਿਹੜੀ ਵੀਡੀਓ ਲਾਈ ਸੀ ਉੱਥੇ ਹੀ ਤੱਕੀ ਸਕਣੇ ਉੱਥੇ ਹੀ ਮਿੱਟੀ ਪਈ ਵੀ ਉੱਥੇ ਹੀ ਬਜਰੀ ਪਈ ਵੀ ਅਤੇ ਬਾਕੀ ਉੱਧਰ ਕੋਈ ਬਾਈਪਾਸ ਵਾਲੇ ਪਾਸੇ ਇਸ ਕੰਪਨੀ ਕੰਮ ਕੀਤਾ ਥੋੜ੍ਹਾ ਜਿਹਾ ਉਹ ਵੀ ਤੁਹਾਨੂੰ ਕੀ ਦੱਸਾਂ ਜਿਹੜਾ ਕੰਮ ਹੋਇਆ ਇਸ ਪਿਛਲੇ ਪੂਰੇ ਹਫ਼ਤੇ ਵਿੱਚ ਇਹ ਹਫ਼ਤੇ ਨਹੀਂ ਪ੍ਰੋਗਰੈਸ ਜਨਾਬ ਤੁਹਾਨੂੰ ਕੀ ਦੱਸਣੇ ਹਾਂ ਇਹ ਇਸ ਟਾਈਮ ਬੈਂਕ ਚੌਕ ਮੌਜੂਦ ਹਾਂ ਅਸਾਂ ਤੁਹਾਡਾ ਨਹੀਂ ਹਾਲਤ ਤੱਕੀ ਸਕਣੇ ਹੋ ਬਾਕੀ ਸਰਕਾਰ ਹੋਰ ਕੋ ਨਹੀਂ ਅਸਾਂ ਕਿ ਚਲੋ ਐਡਾ ਕੋਈ ਜ਼ਿਆਦਾ ਨੌਲੇਜ ਕੋ ਨਹੀਂ ਰੋਡ ਕੰਸਟਰਕਸ਼ਨ ਦੇ ਬਾਰੇ ਵਿੱਚ ਲੇਕਿਨ ਇਸ ਸਾਈਡ ਨੇ ਕੰਪਨੀ ਨੇ ਮੈਨੂੰ ਕੋਈ ਮੈਥਡ ਸਮਝ ਨਹੀਂ ਛਣਾ ਪਿਆ ਕਿ ਜਨਾਬ ਅਲੀਹਦਾ ਕੰਮ ਮੁਕਣਾ ਨਹੀਂ ਨਵਾਂ ਸ਼ੁਰੂ ਹੋਈ ਜਾਣਾ ਨਾ ਰੀਫਿਲਿੰਗ ਹੋਣੀ ਪਈ ਨਾ ਕੁਝ ਹੋਣਾ ਪਿਆ ਬਲਕਿ ਜਿਹੜੀ ਬਣਾਈ ਹੋਣੀ ਨੇ ਫਿਰ ਦੂਏ ਦਾ ਹਫ਼ਤਾ ਜਾ ਉਹ ਪੱਟੀ ਹੋਣੀ ਹੁਣ ਇੱਥੇ ਅੱਗੇ ਜਾਣੇ ਆ ਜਨਾਬ ਇੱਥੇ ਪਿਛਲੇ ਹਫ਼ਤੇ ਜਿਹੜਾ ਅੱਜ ਸਾਲ ਗਏ ਸੀ ਉਹ ਦੱਸਿਆ ਸਾ ਅਸਾਂ ਕਿ ਮਿੱਟੀ ਨਹੀਂ ਫਿਲਿੰਗ ਹੋਣੀ ਸੀ ਵੀ ਹੁਣ ਤੱਕ ਰਿਹਾ ਕਿ ਉਸਨੇ ਆਪਣੀ ਨਾ ਐਗਰੀਗੇਟ ਨਹੀਂ ਰੀਫਿਲਿੰਗ ਕੀਤੀ ਜਾਂ ਕੋ ਨਹੀਂ ਕੀਤੀ ਨੇ ਬਾਕੀ ਤੁਸੀਂ ਪਤਾ ਮੌਸਮ ਵੀ ਬਾਰਿਸ਼ਾਂ ਆਇਆ ਕੋਈ ਪਤਾ ਨਹੀਂ ਕਿ ਕਿਹੜੇ ਟਾਈਮ ਬਾਰਿਸ਼ ਲਈ ਪੈ ਬਾਰਿਸ਼ ਲੱਗਣੀ ਤਾਂ ਆਲਮੋਸਟ ਇਹ ਤਾਂ ਖਾਸ ਕਰ ਕਲਰਿਆਂ ਦਾ ਏਰੀਆ ਇਹ ਬੰਦ ਹੋਈ ਜਾਣਾ ਔਰ ਬੜੀ ਮੁਸ਼ਕਿਲਾਂ ਹੋਣੀਆਂ ਜਿਹੜੇ ਆਜ਼ਾਦ ਕਸ਼ਮੀਰ ਨੇ ਲੋਕ ਕਿਉਂਕਿ ਉਹਨਾਂ ਨਾਲ ਜ਼ਾਹਰੀ ਗੱਲ ਏਅਰਪੋਰਟ ਨਾਲ ਸਾਰਿਆਂ ਤੋਂ ਜ਼ਿਆਦਾ ਜਿਹੜਾ ਲਾਉਣਾ ਉਹ ਕੰਮ ਆਜ਼ਾਦ ਕਸ਼ਮੀਰ ਨੇ ਲੋਕਾਂ ਦਾ ਔਰ ਉਹਨਾਂ ਨਾਲ ਲਿੰਕ ਹੀ ਜ਼ਿਆਦਾਤਰ ਖਾਸ ਕਰ ਚਕਸਵਾਰੀ ਗੜਿਆਲ ਰੱਟਾ ਕਠਾਰ ਆਦਮਾਬਾਦ ਛਤਰੋ ਸਿਆਹ ਇਸ ਏਰੀਏ ਜਿੰਨੇ ਵੀ ਲੋਕ ਉਸ ਰੋਡ ਉੱਪਰ ਟਰੈਵਲ ਕਰਨੇ ਪਏ ਔਰ ਫਿਲਹਾਲ ਜਨਾਬ ਤੱਕ ਹੀ ਸਮੇਂ ਹੋ ਗਿਆ ਉਹ ਹੀ ਹਾਲਾਤ ਨੇ ਪੂਰਾ ਹਾਲਾਤ ਹੈ ਜਿਨ੍ਹਾਂ ਨੇ ਤੱਕੀ ਸਕਦੇ ਉੱਥੇ ਹੀ ਮਿੱਟੀ ਨਹੀਂ ਫੀਲਿੰਗ ਹੋਈ ਵੀ ਇਹਨਾਂ ਦੁਬਾਰਾ ਐਗਰੀਗੇਟ ਨਹੀਂ ਫੀਲਿੰਗ ਕੋ ਨਹੀਂ ਕੀਤੀ ਨੇ ਜਿੱਥੇ ਇਤਿਹਾਸ ਆ ਉੱਥੇ ਹੀ ਆ ਕੰਮ ਆ ਬਾਕੀ ਉਹਨਾਂ ਨੂੰ ਮੈਨੂੰ ਸਮਝ ਨਹੀਂ ਲੱਗਣੀ ਪਈ ਇਹਨਾਂ ਠੇਕੇਦਾਰ ਸਾਹਿਬ ਨੇ ਕਿ ਕਿਉਂ ਨਹੀਂ ਇਹ ਕਰਨੇ ਪਏ ਇਸ ਕੰਮੇ ਦੀ ਕੰਪਲੀਟ ਇਹ ਪਿਛਲੇ ਹਫ਼ਤੇ ਨਹੀਂ ਪ੍ਰੋਗਰੈਸ ਇੱਥੇ ਹੀ ਆ ਇੱਥੋਂ ਕਿਹਾ ਕੋ ਨਹੀਂ ਈਵਨ ਕਿ ਇਸਨੇ ਮੁਕਾਬਲੇ ਵਿੱਚ ਜਿਹੜਾ ਸਾਰੀ ਸਾਈਡ ਦਾ ਠੇਕੇਦਾਰ ਲਾਭ ਆ ਉਸ ਨਾਲ ਜਿਹੜਾ ਆਪਣਾ ਏਰੀਆ ਸਾ ਸਾਰਾ ਉਸ ਆਲਮੋਸਟ ਤਕਰੀਬਨ ਜਨਾਬ ਅੱਧੇ ਤੋਂ ਜ਼ਿਆਦਾ ਉਸ ਕੰਪਲੀਟ ਕਰੀ ਐਕਸਕੇਵੇਸ਼ਨ ਕਰੀ ਦੁਬਾਰਾ ਰੀਫਿਲਿੰਗ ਕਰੀ ਔਰ ਉਸਨੀ ਸਾਈਡ ਉੱਪਰ ਪੁਲੀਆਂ ਨਾਲ ਵੀ ਕੰਮ ਜ਼ਿਆਦਾ ਆ ਔਰ ਦੀਵਾਰਾਂ ਨਾਲ ਵੀ ਕੰਮ ਜ਼ਿਆਦਾ ਆ ਲੇਕਿਨ ਆਲਮੋਸਟ ਜਿਹਦੀਆਂ ਵੀ ਦੀਵਾਰਾਂ ਸੀ ਉਸਦੀਆਂ ਜਿਹੜੀਆਂ ਮੇਨ ਦੀਵਾਰਾਂ ਸੀ ਉਸ ਕੰਪਲੀਟ ਕਰੀ ਹੋਈਆਂ ਹੋਈਆਂ ਔਰ ਨਾਲ ਨਾਲ ਪੁਲੀਆਂ ਨਾਲ ਵੀ ਕੰਮ ਜਾਰੀ ਆ ਉਸਦੀਆਂ ਹਿੱਸਾ ਲੈ ਤਕਰੀਬਨ 4 ਮਸ਼ੀਨਾਂ ਲਈਆਂ ਹੋਈਆਂ ਮਿਕਸਚਰ ਮਸ਼ੀਨਾਂ ਕੰਕਰੀਟ ਵਾਲੀਆਂ ਜਿਹੜੀਆਂ ਦੀਵਾਰਾਂ ਬਣਾਉਣੀਆਂ ਪਈਆਂ ਇਸ ਸਾਈਡ ਉੱਪਰ ਇੱਕ ਪੁਲੀ ਨਾ ਕੰਮ ਸਾ ਉਹ ਵੀ ਸਹੀ ਅੱਗੇ ਦੱਸਾਂ ਜਿਹੜੀ ਪਟਿਆਲਾ ਨੇ ਮੋੜਾ ਇੱਕ 10 ਕੋਲ ਇੱਕ ਪੁਲੀ ਬਣੀ ਸੀ ਵੀ ਉਹ ਵੀ ਪਾਣੀ ਰੋਡਾਂ ਉੱਪਰ ਇਨਾਮ ਕਰਾਉਣਾ ਇਸ ਨਾ ਪਿਆ ਕੋਈ ਇਸ ਨਹੀਂ ਸੇਵਰਾ ਇਹਨਾਂ ਨਿਜ਼ਾਮ ਵਾਲੇ ਦੀਆਂ ਕੋਈ ਨਾ ਬਣਾਇਆ ਹਾਲਾਂਕਿ ਇਸ ਸਾਈਡ ਉੱਪਰ ਦੀਵਾਰਾਂ ਵੀ ਕੋਈ ਨਹੀਂ ਸੀਆਂ ਲੇਕਿਨ ਹਾਲੇ ਤੱਕ ਕੰਮ ਉੱਥੇ ਹੀ ਆ ਵੱਡੀ ਫਾਰਮ ਹਾਊਸ ਕੋਲ ਪਿਛਲੇ ਹਫ਼ਤੇ ਤੁਸੀਂ ਦੱਸਿਆ ਸਾ ਕਿ ਕੰਮ ਸਟਿਲ ਉੱਥੇ ਹੀ ਲਾਕਡਾਊਨ ਹੋਇਆ ਵਾ ਇਸ ਨਾਲ ਅੱਗੇ ਨਾ ਵਧਿਆ ਅਤੇ ਨਾ ਕੋਈ ਘਟਿਆ ਬਾਕੀ ਹੁਣ ਅੱਗੇ ਜਿਹਦੇ ਨਾਲ ਨਾਲ ਤੁਹਾਨੂੰ ਦੱਸਾਂ ਜਿਸ ਟਾਈਮ ਅਸਾਂ ਵਾਦੀ ਹੋਟਲਾਂ ਕੋਲ ਪਹੁੰਚਣੇ ਨੇ ਉਸ ਤੋਂ ਅੱਗੇ ਅਸੀਂ ਦੁਬਾਰਾ ਆਪਣੀ ਅਪਡੇਟ ਲੈਣੀ ਆ ਇਹ ਜਨਾਬ ਵਾਦੀ ਹੋਟਲ ਕੋਲ ਇਹ ਸਟਾਰਟਿੰਗ ਕੰਮ ਇੱਥੋਂ ਹੀ ਸ਼ੁਰੂ ਹੋਇਆ ਸਾ ਜਨਾਬ ਤੁਮੂੜੀ ਜਨਾਬ ਨੇ ਰੀਫਿਲਿੰਗ ਫਿਲਿੰਗ ਕਰੀ ਕੰਪਲੀਟ ਕਰੀ ਉੜਿਆ ਸਾ ਹੁਣ ਫਿਰ ਦੁਬਾਰਾ ਪਤਾ ਨਹੀਂ ਕਿਹਾ ਯਾਦ ਆਈ ਨੇ ਦੁਬਾਰਾ ਫਿਰ ਖਦਾਈ ਸ਼ੁਰੂ ਕਰੀ ਦਿੱਤੀ ਹੁਣ ਤੱਕ ਹੀ ਲੱਗਣੇ 200 ਗਾਜ਼ ਹੋਰ ਡਾਊਨ ਕਰੀ ਉੜੀ ਨੇ ਪਤਾ ਨਹੀਂ ਕਿਆ ਵਜਾ ਪਹਿਲਾਂ ਹੀ ਨਾ ਆਪਣੀ ਤਰਫੋਂ ਇਸ ਕੀ ਜਨਾਬ ਐਕਸਕੇਵੇਸ਼ਨ ਕਰੀ ਨਾ ਕੰਪਲੀਟ ਕਰੀ ਤੁਮੂੜੀ ਰੀਫਿਲਿੰਗ ਕਰੀ ਉੜੀ ਇਸਨੇ ਤਾਂ ਦੁਬਾਰਾ ਫਿਰ ਪੱਟੀ ਉੜੀ ਨੇ ਕੋਈ ਸਮਝ ਨਹੀਂ ਲੱਗਣੀ ਕਿ ਕਿਉਂ ਜਿਹੜਾ ਨਾ ਇੰਨਾ ਇਸ ਕੀ ਕੀਤਾ ਪੱਟਿਆ ਨੇ ਦੁਬਾਰਾ ਹੁਣ ਸਾਨੂੰ ਅੱਗੇ ਤੱਕ ਹੀ ਸਕਦੇ ਇੱਥੇ ਰੋਡਾਂ ਦੀ ਹਾਲਾਤ ਕਹਿ ਰਹੇ ਅਗਰ ਇੱਥੇ ਹੁਣ ਬਾਰਿਸ਼ ਪਈ ਹੈ ਤਾਂ ਇਸ ਏਰੀਆ ਨੂੰ ਹੋਰ ਕੋਈ ਮਤਲਬ ਇਸ ਨਾਲ ਰਸਤਾ ਵੀ ਕੋਈ ਨਹੀਂ ਜਿਹੜਾ ਇਸ ਚੀਜ਼ ਤੋਂ ਕ੍ਰਾਸ ਕਰ ਸਕੀ ਦੋ ਸਾਈਡਾਂ ਪਰ ਪਾੜੀਆਂ ਹੀ ਆ ਕੋਈ ਇਸਦੇ ਨਾਲ ਲਿੰਕ ਰੋਡ ਕੋਈ ਨਹੀਂ ਜੁੜਨਾ ਪਿਆ ਸਵਾਏ ਮਾਲੀ ਦੇ ਰੋਡਾਂ ਸੀ ਜਿਹੜੇ ਇੱਥੇ ਲੋਕ ਅੱਗੇ ਜਾ ਕੇ ਅੱਗੇ ਅਸੀਂ ਫਸੀ ਜਾਣ ਉਹ ਕਿਆ ਦੱਸਣ ਵਿਚਾਰੇ ਇਹ ਇੱਕ ਸਾਈਡ ਉੱਪਰ ਇਤਨਾ ਉੱਚਾ ਕਰੀ ਉੜਿਆ ਨੇ ਦੂਜੀ ਸਾਈਡ ਉੱਪਰ ਮੰਦਰਾ ਤਾਂ ਬਾਕੀ ਜਨਾਬ ਫਿਲਹਾਲ ਤੋਂ ਤੱਕ ਹੀ ਸਕਦੇ ਹੋ ਉੱਥੇ ਹੀ ਆ ਕੰਮ ਅੜ ਗਿਆ ਵਾ ਜਿੱਥੇ ਇਤਿਹਾਸ ਆ ਇਹਦਾ ਜਨਾਬ ਕੋਈ ਹੋਟਲ ਲੈ ਰਿਹਾ ਆਪਣੇ ਕੋਈ ਚੁਣੇ ਹੁੰਦੇ ਬਾਈ ਜਨਾਬ ਦੋ ਸੋਹਣੇ ਤਰੀਕੇ ਨਾਲ ਕੰਮ ਬਰਾਬਰ ਕਰਨਾ ਪਏ ਚਲੋ ਰੋਡਾਂ ਦੀ ਖੂਬਸੂਰਤੀ ਬਣਾਉਣੇ ਲੇਕਿਨ ਅੱਗੇ ਤੋਂ ਤੱਕੋ ਰੋਡਾਂ ਦਾ ਕੰਮ ਉੱਥੇ ਹੀ ਇੱਥੇ ਅੜ ਗਿਆ ਉੱਥੇ ਹੀ ਅੜ ਗਿਆ ਵਾ ਬਲਕਿ ਉਹ ਜਿਹੜਾ ਬਣਾਈ ਰਹੇ ਮੁੜੀ ਫਿਰ ਪੱਟੀ ਉਹਨੇ ਕੋਈ ਸਮਝ ਨਹੀਂ ਲੱਗਣੀ ਕਿ ਕਿਉਂ ਪੱਟਣੇ ਪਏ ਔਰ ਬੜਾ ਸਲੋ ਕੰਮ ਆ ਚਲੋ ਕੋਈ ਕੰਪਨੀ ਨਾ ਆਪਣਾ ਹੀ ਹੋ ਸੀ ਕੋਈ ਮੈਥਡ ਹੋ ਸੀ ਜਿਸਨੇ ਤਹਿਤ ਉਹ ਕੰਮ ਕਰਨੇ ਪਏ ਲੇਕਿਨ ਜਿੱਥੇ ਤੱਕ ਆਮ ਇੱਕ ਆਵਾਮ ਨਾਲ ਤਾਸਰਾ ਦੇ ਕੇ ਉਹੀ ਆਈ ਹੈ ਜਨਾਬ ਕਿ ਕੰਮ ਬੜਾ ਸਲੋ ਆ ਖਾਸ ਕਰ ਕੱਲਰ ਸਾਈਡਾਂ ਦੀ ਸਾਈਡ ਉੱਪਰ ਸ਼ਾਕੀ ਦੀ ਸਾਈਡ ਉੱਪਰ ਬਿਹਤਰੀਨ ਕੰਮ ਜਾਣਾ ਪਿਆ ਜਨਾਬ ਉਹਨਾਂ ਕੰਮ ਬਿਹਤਰੀਨ ਤਰੀਕੇ ਕੀਤਾ ਈਵਨ ਕਿ ਉਹ ਬਾਰਿਸ਼ਾਂ ਵੀ ਹੋਈ ਜਿਹੜੀਆਂ ਜਾਓ ਰੋਡ ਕੰਸਟਰਕਸ਼ਨ ਜਿਹੜੀ ਆ ਉਸਦੀ ਵਜ੍ਹਾ ਸੂ
ਟ੍ਰੈਫਿਕ ਵੀ ਜਾਮ ਹੋਣੀ ਤਾਂ ਉਸਕੀ ਕਲੀਅਰ ਕਰ ਲੈ ਇਹ ਸਾਈਡ ਪਰ ਨਾ ਬਾਰਿਸ਼ ਹੋਈ ਹੈ ਨਾ ਸਾਹਮਣੇ ਜੀ ਇਹ ਭਾਰੀ ਸੁਖੀ ਹੈ ਹਾਲੇ ਇਸ ਨੂੰ ਸੁਭਾ ਇਲਾਵਾ ਹੋਰ ਕੋਈ ਵੀ ਕੰਮ ਹੋਣੀ ਇਹ ਕੰਮ ਹੀ ਸੂਰਤ ਆਜ ਪਿਛਲੀ ਵੀਡੀਓ ਆਰ ਤੋਂ ਤੱਕੀ ਸਕਦੇ ਹੋ ਉੱਥੇ ਹੀ ਅੜਕੀ ਇਸ ਨੂੰ ਇਲਾਵਾ ਹੋਰ ਕੋਈ ਅਪਡੇਟ ਕੋਈ ਹੈ ਜਨਾਬ ਮੋੜਾ ਫੜਿਆਲ ਦਰਸਾ ਕੋਲ ਜਿਹੜੀ ਪੁਲੀ ਨਾ ਕੰਮ ਸਟਾਰਟ ਹੋਇਆ ਸਾ ਉੱਥੇ ਹੀ ਹਾਲੇ ਤੱਕ ਸਕਦੇ ਉਹਨਾਂ ਤੱਕ ਮਤਲਬ ਅੱਧੀ ਸਾਈਡ ਕੰਪਲੀਟ ਕੀਤੀ ਨੇ ਫਿਲਹਾਲ ਕੰਮ ਉੱਥੇ ਹੀ ਅੜਕਿਆ ਵਾ ਇਹ ਜਨਾਬ ਜਨਾਬ ਅੱਜ ਅਸਾਂ ਅੱਜ ਸ਼ੁਕਰੀਆ ਅਦਾ ਕਰਨੇ ਹਾਂ ਚਾਚਾ ਲਿਆ ਸਾਹਿਬ ਨੂੰ ਜਿਹੜਾ ਕੈਮਰਾ ਮੈਨੀ ਨੇ ਪ੍ਰਾਈਸ ਸਰ ਅੰਜਾਮ ਦੇਣੇ ਪਏ ਤੁਸਾਂ ਕੀ ਅਪਡੇਟਸ ਦੇਣੇ ਪਏ ਨਾਲੋਂ ਨਾਲ ਦੱਸਣੇ ਪਏ ਇਹ ਪੁਲੀ ਹੈ ਚਾਚਾ ਉੱਧਰ ਜ਼ਰਾ ਪੁਲੀ ਨੇ ਪਾਸਾ ਮਾਰਸੋ ਜਨਾਬ ਇਹ ਸਾਹਮਣੇ ਪੁਲੀ ਬਣੀ ਵੀ ਜੀ ਇਹ ਤਰੇ ਹਫ਼ਤੇ ਹੋਈ ਗਏ ਔਰ ਇਸਨੀ ਬਨਿਸਬਤ ਜਿਹੜਾ ਉੱਧਰ ਜਾਣਾ ਲਾ ਵਾ ਉਸ ਇਸਨੇ ਨਾਲਿਆਂ ਨੇ ਦੋ ਜਿਹੜੀਆਂ ਬਾਉਂਡਰੀ ਵਾਲ ਸੇਫਟੀ ਵਾਲ ਜਿਹੜੀਆਂ ਸੀਆਂ ਉਹ ਕੰਪਲੀਟ ਕਰੀ ਰਿਹਾ ਵਾ ਤਰੀ ਨਾ ਕੰਮ ਜਾਰੀ ਉਹ ਸਾਰੀ ਆ ਇੱਥੇ ਹੁਣ ਕੈਬ ਗੱਡੀ ਨਿਕਲੀ ਸਕਣੀ ਵਨ ਟਾਈਮ ਹੀ ਹੈ ਕਿਉਂਕਿ ਦੂਜੀ ਸਾਈਡ ਪਰ ਇਹਨਾਂ ਖਦਾਈ ਕੀਤੀ ਵੀ ਇਹਨਾਂ ਇਹ ਨਹੀਂ ਕੀਤਾ ਕਿ ਕੋਈ ਸਾਈਡਾਂ ਪਰ ਥੋੜ੍ਹਾ ਜਿਹਾ ਹੋਰ ਕਰੀਆ ਤਾਂ ਕਿ ਟ੍ਰੈਫਿਕ ਨਹੀਂ ਰਵਾਨੀ ਵੀ ਮੁਤਾਸਰ ਨਾ ਹੋਵੇ ਲੇਕਿਨ ਕੋਈ ਨਹੀਂ ਬਾਕੀ ਫਿਲਹਾਲ ਜਨਾਬ ਇੱਥੇ ਤੱਕ ਇਸਨੇ ਸੂ ਅੱਗੇ ਜਿਹੜਾ ਆਉਣਾ ਜੀ ਕਿ ਇਹਨਾਂ ਕੋਲ ਫਿਲਹਾਲ ਇੱਕ ਕੈਬ ਪੁਲੀ ਸੀ ਔਰ ਇੱਕ ਕੈਬ ਪੁਲੀ ਨਾਲ ਕੰਮ ਸਟਾਰਟ ਹੋਇਆ ਵਾ ਇਸਨੇ ਸੁਣਾਵਾ ਹੋਰ ਕਿਸੇ ਪੁਲੀ ਨਾਲ ਨਾ ਕੋਈ ਸੇਫਟੀ ਬਾਲ ਨਾਲ ਕੰਮ ਸਟਾਰਟ ਹੋਇਆ ਬਾਕੀ ਅੱਗੇ ਮਰੀਜ਼ ਜਿਹੜਾ ਨਾ ਹੁਣ ਅਸਾਂ ਮੋੜਾ ਫੜਿਆਲ ਪਹੁੰਚੀ ਆਏ ਹਾਂ ਇਸ ਏਰੀਏ ਵਿੱਚ ਕੋਈ ਵੀ ਐਕਸਕੇਸ਼ਨ ਨਹੀਂ ਸੀ ਹੋਈ ਵੀ ਇਹਨਾਂ ਹੈ ਕੋਈ ਆਰਜ਼ੀ ਤੌਰ ਪਰ ਜਨਾਬ ਕੋਈ ਮਾਰਿਆ ਉਸਨੇ ਐਕਸਕੇਟਰ ਵਗੈਰਾ ਥੋੜ੍ਹੀ ਥੋੜ੍ਹੀ ਖਦਾਈ ਸ਼ਾਈ ਕਰੀ ਨਾ ਲੇਕਿਨ ਇੱਥੇ ਵੀ ਪਾਣੀ ਹੁਣ ਇਤਨਾ ਜ਼ਿਆਦਾ ਆ ਕਿ ਚੰਗਾ ਹੀ ਕੀਤਾ ਨੇ ਕਿ ਮਿੱਟੀ ਨਹੀਂ ਪਾਈ ਹੋਣੀ ਨੇ ਦੀਦੀ ਸਾਹਿਬ ਸਾਰੀਆਂ ਗੜੀਆਂ ਵਿਚਾਰੀਆਂ ਫਸੀਆਂ ਹੀ ਰਹਿਣਾ ਬਾਕੀ ਲਾਲ ਚਲੋ ਇਹ ਆ ਕਿ ਕਮ ਸੇ ਕਮ ਵੱਡੇ ਘੱਟੇ ਪਏ ਵੇ ਕੰਮ ਨਿਜ਼ਾਮ ਚੱਲਣਾ ਪਿਆ ਅੱਗੇ ਸਾਹਮਣੇ ਮੋੜਾ ਫੜਿਆ ਜਨਾਬ ਖਤਮ ਹੋਣਾ ਜਿੱਥੇ ਅੱਗੇ ਬਾਈਪਾਸ ਕਲਰ ਨਾਲ ਸ਼ੁਰੂ ਹੋ ਸੀ ਉੱਥੇ ਜਨਾਬ ਸਾਂ ਕੀ ਕਹਿ ਦੱਸਣੇ ਆ ਕਿ ਜਿਹੜਾ ਇਸ ਪੂਰੇ ਹਫ਼ਤੇ ਦੀ ਜਿਹੜੀ ਅਪਡੇਟ ਸੀ ਸੰਗੀਤ ਦੋਸਤਾਂ ਨੇ ਸੀ ਜੀ ਕਿ ਅਪਡੇਟਸ ਦਿਓ ਉਹ ਸੰਗੀ ਅਪਡੇਟਸ ਦੇਣੇ ਆ ਜਿਹੜਾ ਪਿਛਲੇ ਪੂਰੇ ਹਫ਼ਤੇ ਵੀ ਜਿੱਥੇ ਕੰਮ ਹੋਇਆ ਜਿਹੜੀ ਐਕਸੀਬਿਸ਼ਨ ਹੋਈ ਉਹ ਮੈਂ ਪਿਛਲੇ ਹਫ਼ਤੇ ਤਕਰੀਬਨ ਸਮਾਰੇ ਗਲਪਨ ਉਹ ਮੈਂ ਪੋਸਟ ਲਾਈ ਸੀ ਸਲੇ ਕੰਮ ਸਟਾਰਟ ਹੋਇਆ ਸਾ ਮੰਗਲ ਬੁੱਧ ਜੁਮਰਾਤ ਪਰਾ ਜੁਮਾ ਚਾਰ ਦਿਨ ਗੁਜ਼ਰੀਗੇ ਚੌਂ ਦਿਨ ਵੀ ਸਿਰਫ ਇਹ ਬਾਈਪਾਸ ਨਾਲ ਏਰੀਆ ਆ ਜਿੱਥੇ ਐਕਸੀਬਿਸ਼ਨ ਹੋਈ ਵੀ ਉਹ ਵੀ ਅੱਜ ਤੁਹਾਨੂੰ ਦੱਸੀ ਹੁੰਦੀ ਆ ਜਿਹੜੀ ਲੇਟੈਸਟ ਅਪਡੇਟ ਹੀ ਕੱਲਰ ਸਾਈਡ ਆ ਬਾਕੀ ਜਨਾਬ ਉਮੀਦ ਕਰਦੇ ਹਾਂ ਕਿ ਇਨਸ਼ਾਅੱਲਾ ਬਹੁਤ ਜਲਦ ਇਹ ਰੋਡ ਕੰਪਲੀਟ ਹੋਇਆ ਤਾਂ ਕਿ ਜਿਹੜੀ ਆਵਾਮ ਦੀਆਂ ਮੁਸ਼ਕਲਾਂ ਦੀਆਂ ਉਹ ਖਤਮ ਹੋਣ ਔਰ ਆਵਾਮ ਸੋਹਣੇ ਤਰੀਕੇ ਨਾਲ ਇਸ ਰੋਡ ਉੱਪਰ ਟਰੈਵਲ ਕਰੇ ਜਨਾਬ ਕਰਕੇ ਰੋਡ ਬਣ ਸੀ ਚੰਗਾ ਸੋਹਣਾ ਅਤੇ ਬੜਾ ਰੋਡ ਬਣ ਸੀ ਖੱਡੇ ਇਤਨੇ ਬੜੇ ਬਣਾਈ ਹੋੜੇ ਨੇ ਤਾਂ ਇਹ ਨਹੀਂ ਕਰਨੇ ਪਏ ਕਿ ਇਸ ਕੀ ਰੀਫਿਲਿੰਗ ਕਰੀ ਹੁਣ ਜਿਹੜੀਆਂ ਗੱਡੀਆਂ ਹੁਣ ਜੀ ਲਈਆਂ ਖਾਸ ਕਰ ਹੁੰਦਾ ਗੱਡੀਆਂ ਜਿਹੜੀਆਂ ਡੋਨ ਗੱਡੀਆਂ ਹੀ ਆ ਉਹਨਾਂ ਕੀ ਥੱਲੇ ਲੱਗਣੀਆਂ ਹੋ ਅਤੇ ਕਮ ਸੇ ਕਮ ਇਹਨਾਂ ਕੀ ਲੇਵਲ ਤਾਂ ਕਰਨਾ ਚਾਹੀਦਾ ਅਗਰ ਲੇਵਲ ਹੋਈ ਹੈ ਤਾਂ ਗੱਡੀ ਥੱਲੇ ਨਾ ਲਗਾਏ ਬੜਾ ਮੁਸ਼ਕਲ ਹੋਈ ਜਾਣਾ ਇਹਨਾਂ ਕੀ ਚਾਹੀਦਾ ਕਿ ਦੁਬਾਰਾ ਰੀਫਿਲਿੰਗ ਕਰੀ ਇਸ ਕੀ ਬਰਾਬਰ ਕਰਾਂ ਬਾਕੀ ਜਨਾਬ ਹੈ ਸਾਹਮਣੇ ਤੁਹਾਨੂੰ ਤੱਕ ਹੀ ਸਕਦੇ ਹੋ ਕਿ ਕੱਲਰ ਬਾਈਪਾਸ ਸ਼ਾਹੀਨ ਸਕੂਲ ਕੋਲ ਜਿਹੜਾ ਪੁੱਲ ਆ ਉੱਥੋਂ ਵਾਰੇ ਪਾਸੇ ਥੋੜ੍ਹੀ ਜਿਹੀ ਐਕਸੀਬਿਸ਼ਨ ਹੋਈ ਜਾਂ ਇਸ ਨੂੰ ਪੁੱਲ ਕਰਾਸ ਕਰ ਸਾਂ ਪੁੱਲ ਕਰਾਸ ਕਰੀ ਤਾਂ ਬਾਕੀ ਜਨਾਬ ਬਾਈਪਾਸ ਵਾਲਾ ਏਰੀਆ ਆ ਇਸ ਲਈ ਥੋੜ੍ਹਾ ਜਿਹਾ ਕੋਈ ਦੋ ਤਰੇ ਸੌ ਦਾ ਇਸਦੀ ਐਕਸੀਬਿਸ਼ਨ ਹੋਈ ਵੀ ਉਹ ਵੀ ਐਕਸੀਬਿਸ਼ਨ ਹੋਈ ਨਾਲੋਂ ਨਾਲ ਦੇਸੀ ਜਾਸੀ ਐਕਸੀਬਿਸ਼ਨ ਵੀ ਇਸ ਤਰੀਕੇ ਕਰੀ ਮੁੜੀ ਰੀਫਿਲਿੰਗ ਕਰੀ ਰੀ ਲੈਵਲ ਨਹੀਂ ਸਹੀ ਕਰਨੇ ਪਏ ਕਿਉਂਕਿ ਗੱਡੀਆਂ ਕੀ ਕਾਫੀ ਮਸਲਾ ਹੋਣਾ ਕਿ ਕਿਤਨਾ ਅੱਗੇ ਜ਼ਿਆਦਾ ਖਦਾਈ ਹੋਈ ਔਰ ਖਾਸਕਰ ਧੂਹੇ ਨਾਲ ਜਿਹੜਾ ਮਸਲਾ ਜਾਣਿਆ ਜਾਣਿਆ ਫਿਰ ਸੰਗੀਆਂ ਦੋਸਤਾਂ ਕੀ ਆ ਰਿਕੁਐਸਟ ਕਰ ਸਾਂ ਮਿਹਰਬਾਨੀ ਕਰੀ ਥੋੜ੍ਹਾ ਡਰਾਈਵਰ ਹਜ਼ਰਾਤ ਇਤਿਆਦ ਨਾਲ ਥੋੜ੍ਹਾ ਗੱਡੀ ਚਲਾਓ ਤਾਂ ਕਿ ਮੋਟਰਸਾਈਕਲਾਂ ਪਰ ਪੈਦਲ ਸਫ਼ਰ ਕਰਨ ਵਾਲਿਆਂ ਬੰਦਿਆਂ ਕੀ ਤਕਲੀਫ ਨਾ ਹੋਵੇ ਤੁਸਾਂ ਦੀ ਵਜ੍ਹਾ ਸੋ ਧੂੜ ਜਿਹੜੀ ਆ ਇਸ ਵੇਲੇ ਖਤਰਨਾਕ ਹੀ ਮੌਸਮ ਤਬਦੀਲ ਹੋਣਾ ਪਿਆ ਇਨਫੈਕਸ਼ਨ ਹੋਣੇ ਐਲਰਜੀ ਦੀ ਪ੍ਰੋਬਲਮ ਹੋਣੀ ਅਸਲਾਮ ਅਲੈਕਮ ਠੀਕ ਹੋ ਖਰੀਅਤ ਹੈ ਕੰਮੇ ਨਹੀਂ ਅਪਡੇਟ ਹੀ ਬਾਕੀ ਜਨਾਬ ਦੇ ਇਹ ਤੱਕੀ ਸਕਣੇ ਹੋ ਇਹ ਜੀ ਸਰਕਾਰ ਅਪਡੇਟ ਕੀਤਾ ਤਾਂ ਇਹ ਕੱਲਰ ਸਾਈਡਾਂ ਤਾਂ ਦੰਗਲੀ ਰੋਡ ਇਹ ਜਾਨੀ ਕੰਪਲੀਟ ਅਪਡੇਟ ਹੀ ਬਾਕੀ ਇਨਸ਼ਾਅੱਲਾ ਜਨਾਬ ਤੁਸਾਂ ਕੀ ਅਪਡੇਟ ਜਿਹੜੀ ਨਾਲੋਂ ਨਾਲ ਹੋ ਸੀ ਇਨਸ਼ਾਅੱਲਾ ਤੁਸਾਂ ਕੀ ਦੇ ਜਾ ਸੀ ਨਾਲੋਂ ਨਾਲ ਸ਼ਾਹ ਜੀ ਸਾਨੂੰ ਮੌਕਾ ਲੱਭ ਸੀ ਤੁਸੀਂ ਅਪਡੇਟ ਦੇ ਸਾਂ ਇੱਥੇ ਤੱਕ ਫਿਲਹਾਲ ਕੰਮ ਕੰਪਲੀਟ ਹੋਇਆ ਦੁਆ ਯਾਦ ਰੱਖਿਆ ਜੀ ਅੱਲਾ ਸੋਹਣੇ ਨੇ ਹਵਾਲਾ ਹੈ